ਲੁਧਿਆਣਾ ਦੀ ਐਸਟੀਐਫ ਤੇ ਸਿਹਤ ਵਿਭਾਗ ਨੇ ਲੱਖਾਂ ਦੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਕੀਤੇ ਬਰਾਮਦ। ਨਸ਼ੀਲੀਆਂ ਦਵਾਈਆਂ ਦੇ ਖਿਲਾਫ ਬੜੀ ਮੁਹਿੰਮ ਦੇ ਚਲਦਿਆਂ ਐਸਟੀਐਫ ਤੇ ਸਿਹਤ ਵਿਭਾਗ ਦੀ ਟੀਮ ਨੇ ਲੁਧਿਆਣਾ ਸਥਿਤ ਦਵਾਈਆਂ ਦੀ ਹੋਲਸੇਲ ਮਾਰਕੀਟ ਪਿੰਡੀ ਗਲੀ ਵਿੱਚ ਲੱਖਾਂ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਕੀਮਤ 50 ਲੱਖ ਤੋਂ ਜ਼ਿਆਦਾ ਹੈ। AIG ਐਸਟੀਐਫ ਦੇ ਸਨੇਹਦੀਪ ਸ਼ਰਮਾ ਨੇ ਕਿਹਾ, ਇਹਦੇ ਵਿੱਚ ਅਸੀਂ ਕੁਝ ਦਿਨ ਪਹਿਲਾਂ 2 FIR ਰਜਿਸਟਰ ਕੀਤੀਆਂ ਸੀਗੀਆਂ, 114 ਨੰਬਰ 115 ਨੰਬਰ NDPS ਦੇ ਅੰਡਰ, ਜਿਹਦੇ ਵਿੱਚ ਸਾਡੇ ਕੋਲ 11,801 ਦੇ ਵਿੱਚ ਔਰ 10,000 ਕੈਪਸੂਲਸ ਐਂਡ ਟੈਬਲੇਟਸ ਜਿਹੜੀਆਂ ਸਾਈਕੋਟ੍ਰੋਪਿਕ ਸਬਸਟਾਂਸਿਸ ਆਉਂਦੇ ਨੇ ਉਹਦੇ ਵਿੱਚ ਰਿਕਵਰ ਕਰਕੇ FIR ਰਜਿਸਟਰ ਕੀਤੀਆਂ ਸੀਗੀਆਂ। ਉਨ੍ਹਾਂ ਦੀ ਤਫਤੀਸ਼ ਦੇ ਦੌਰਾਨ ਐਂਡ ਅਡੀਸ਼ਨਲ ਇਨਫੋਰਮੇਸ਼ਨ ਆਉਣ ਤੋਂ ਬਾਅਦ ਕਿ ਵੀ AP ਫਾਰਮਾ ਨਾਂ ਦੀ ਇੱਕ ਕੰਪਨੀ ਹੈ ਜਿਹੜੀ ਪਿੰਡੀ ਸਟਰੀਟ ਵਿਖੇ ਆਪਣਾ ਬਿਜ਼ਨਸ ਚਲਾਉਂਦੀ, ਉਹਦਾ ਗਡਾਊਨ ਐਂਡ ਦੁਕਾਨਾਂ ਨੇ, ਉੱਥੇ ਕੁਝ ਸਮਾਨ ਜਿਹੜਾ ਵਾ ਜਿਹਦੇ ਵਿੱਚ ਕਿ ਟਰਾਮਾਡੋਲ ਐਂਡ ਐਲਪ੍ਰੈਕਸ ਜਿਹੜੀਆਂ ਇਲੀਗਲੀ ਰੱਖੀਆਂ ਹੋਈਆਂ ਨੇ, ਉਹਦੀ ਜੇ ਸਰਚ ਕੀਤੀ ਜਾਵੇ ਮਿਲ ਸਕਦੀ ਹੈ, ਕਿਉਂਕਿ ਇਹ ਲਾਇਸੈਂਸ ਹੋਲਡਰ ਨੇ। ਇਸ ਕਰਕੇ ਅਸੀਂ ਜਿਹੜੇ ਹੈਲਥ ਡਿਪਾਰਟਮੈਂਟ ਤੋਂ ਆਫਿਸਰਸ ਨੂੰ ਗੁਪਤਾ ਜੀ ਨੂੰ ਰਿਕੁਐਸਟ ਕਰਕੇ ਔਰ ਇਨ੍ਹਾਂ ਦੇ ਇੰਸਪੈਕਟਰ ਸਾਹਿਬਾਨ ਦੀ ਡਿਊਟੀ ਨਾਲ ਲਗਵਾ ਕੇ ਇੱਕ ਜੁਆਇੰਟ ਸਰਚ ਕੀਤੀ ਗਈ SDF ਵੱਲੋਂ ਔਰ ਹੈਲਥ ਡਿਪਾਰਟਮੈਂਟ ਵੱਲੋਂ, ਜਿਹਦੇ ਰਿਜ਼ਲਟ ਦੇ ਵਿੱਚ ਸਾਨੂੰ 9,57,380 ਟੈਬਲੇਟਸ ਜਿਹੜੀਆਂ ਐਂਡ ਕੈਪਸੂਲਸ ਬਰਾਮਦ ਹੋਏ ਨੇ, ਜਿਨ੍ਹਾਂ ਵਿਚੋਂ ਰਫਲੀ ਜਿਹੜੀਆਂ ਨੇ 50% ਤੋਂ ਜ਼ਿਆਦਾ ਤਾਂ ਐਕਸਪਾਇਰਡ ਨੇ। ਇਟਸ ਅ ਡਿਫਰੈਂਟ ਐਂਗਲ ਕਿ ਵੀ ਐਕਸਪਾਇਰਡ ਨੇ ਜਾਂ ਅਬਾਊਟ ਟੂ ਐਕਸਪਾਇਰ ਨੇ, ਐਂਡ ਮੇਰੇ ਖਿਆਲ ਦੇ ਨਾਲ 80% ਅਜੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਹੈਲਥ ਵਾਲੇ ਦੇਖ ਰਹੇ ਨੇ, 80% ਜਿਹੜੇ ਆ ਉਹ ਬਿੱਲ ਵੀ ਨਹੀਂ ਹੈ, ਵਿਦਆਊਟ ਬਿੱਲ ਹੈ ਐਂਡ ਜਿਹੜਾ ਉਹਦੇ ਵਿੱਚ ਐਕਸਪਾਇਰਡ ਵੀ ਨੇ। ਔਰ ਇਹ ਸਾਰੀਆਂ ਡਰੱਗਸ ਜਿਹੜੀਆਂ ਨੇ ਪ੍ਰਾਈਮਾ ਫਿਸ਼ੀਆ ਇਹ ਅਡਿਕਟਸ ਦੇ ਕੋਲੇ ਜਾਣ ਵਾਸਤੇ ਸੀਗੀਆਂ, ਜਿਸ ਕਰਕੇ ਅਸੀਂ ਇਨ੍ਹਾਂ ਤੇ ਕਾਰਵਾਈ ਕਰਦੇ ਹੋਏ ਹਾਂ, ਸਾਰੀਆਂ ਕਬਜ਼ੇ 'ਚ ਲਈਆਂ ਨੇ। ਔਰ ਇਸਦੀ ਜਿਹੜੀ MRP ਕੀਮਤ ਜਿਹੜੀ ਹੈ ਅਸੈਸ ਕੀਤੀ ਹੈ ਉਹ 46,77,970 ਰੁਪਏ ਬਣਦੀ ਹੈ, ਕਿਉਂਕਿ ਇਹ ਲਾਇਸੈਂਸ ਹੋਲਡਰ ਨੇ। ਇਸ ਕਰਕੇ ਫਰਦਰ ਕਾਰਵਾਈ ਜਿਹੜੀ ਹੈ ਡਰੱਗਸ ਐਂਡ ਕੋਸਮੈਟਿਕਸ ਐਕਟ ਦੇ ਅੰਡਰ ਹੀ ਹੋਣੀ ਹੈ, ਉਹਦੇ ਲਈ ਅਸੀਂ ਗੁਪਤਾ ਜੀ ਨੂੰ ਰਿਕੁਐਸਟ ਕੀਤੀ ਹੋਈ ਹੈ ਐਂਡ ਗੁਪਤਾ ਜੀ ਉਸੇ ਫਰਦਰ ਪ੍ਰੋਸੀਡ ਕਰ ਰਹੇ ਆ, ਕੰਪਲੇਂਟ ਕੇਸ ਲੌਜ ਕਰ ਰਹੇ ਕੋਰਟ ਦੇ ਵਿੱਚ, ਐਂਡ ਸਾਰਾ ਮਟੀਰੀਅਲ ਜਿਹੜਾ ਕਬਜ਼ੇ 'ਚ ਲਿਆ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ, ਐਂਡ ਬਾਕੀ ਉਹਨਾਂ ਦਾ ਲਾਇਸੈਂਸ ਕੈਂਸਲ ਕਰਨ ਵਾਸਤੇ ਜੋ ਡਿਪਾਰਟਮੈਂਟਲ ਪ੍ਰੋਸੀਜਰ ਹੈ ਇਹ ਗੁਪਤਾ ਜੀ ਅਡੋਪਟ ਕਰਨਗੇ।